ਸਤਿ ਸ਼੍ਰੀ ਅਕਾਲ ਜੀ, ਮੈਂ ਸਵਾਤੀ ਸਕਸੈਨਾ, ਚੜ੍ਹਦੀਲਾ ਟਾਈਮ ਟੀਵੀ ਨਿਊਜ਼ ਵੇਖ ਰਹੇ ਆਪ ਸਭ ਦਾ ਸਵਾਗਤ ਕਰਦੇ ਹਾਂ ਖਬਰੇ ਸ਼ਵਾਤ ਬਲੰਗ ਨਜ਼ਰ ਹੈਡਲਾਈਨਸ ਤੇ। ਅਯੋਧਿਆ ਮਾਮਲੇ ਤੇ ਭਾਰਤ ਦੀ ਪਾਕਿਸਤਾਨ ਨੂੰ ਫਟਕਾਰ, ਕਿਹਾ ਇਹ ਸਾਡਾ ਅੰਦਰੂਨੀ ਮਾਮਲਾ, ਮਾਮਲੇ ਤੇ ਟਿੱਪਣੀ ਪਾਕਿਸਤਾਨ ਦੀ ਸਮਝ ਦੀ ਕਮੀ ਹੈਰਾਨੀਜਨਕ। ਸਿੱਖ ਕੌਮ ਦੀ 72 ਸਾਲਾਂ ਦੀ ਅਰਦਾਸ ਹੋਈ ਪੂਰੀ, ਅੱਜ ਤੋਂ ਆਮ ਲੋਕਾਂ ਲਈ ਖੁੱਲ੍ਹਿਆ ਬਾਬੇ ਨਾਨਕ ਦੇ ਘਰ ਦਾ ਰਾਹ, ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੂਜਾ ਜੱਥਾ ਹੋਇਆ ਰਵਾਨਾ। ਫਿਰ ਖਰਾਬ ਹੋਈ ਦਿੱਲੀ ਦੀ ਹਵਾ, ਆਉਣ ਵਾਲੇ 3 ਦਿਨਾਂ ਤੱਕ ਮਿਲੇਗੀ ਪ੍ਰਦੂਸ਼ਣ ਤੋਂ ਰਾਹਤ, ਪੰਜਾਬ ਹਰਿਆਣਾ ਵਿੱਚ ਇਨ੍ਹਾਂ ਦਿਨਾਂ ਦੌਰਾਨ ਪਰਾਲੀ ਧੂੰਆਂ ਘੱਟ। ਅਯੋਧਿਆ ਵਿਵਾਦ ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਤੇ ਪਾਕਿਸਤਾਨ ਦੀ ਟਿੱਪਣੀ ਨੂੰ ਲੈ ਕੇ ਵਿਦੇਸ਼ ਮੰਤਰਾਲੇ ਤੋਂ ਬਿਆਨ ਆਇਆ ਹੈ। ਮੰਤਰਾਲੇ ਨੇ ਆਖਿਆ ਹੈ ਕਿ ਸਿਵਲ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਢੁਕਵੀਂ ਅਤੇ ਗੰਭੀਰ ਟਿੱਪਣੀਆਂ ਨੂੰ ਅਸੀਂ ਅਸਵੀਕਾਰ ਕਰਦੇ ਹਾਂ, ਕਿਉਂਕਿ ਇਹ ਜੋ ਭਾਰਤ ਦੇ ਲਈ ਪੂਰੀ ਤਰ੍ਹਾਂ ਨਾਲ ਅੰਦਰੂਨੀ ਮਾਮਲਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਹ ਸਾਰੇ ਧਰਮਾਂ, ਅਵਧਾਰਨਾਵਾਂ ਅਤੇ ਕਾਨੂੰਨ ਅਤੇ ਬਰਾਬਰ ਸਨਮਾਨ ਦੇਸ਼ ਨਾਲ ਸ਼ਾਮਿਲ ਸੰਬੰਧਿਤ ਨੇ, ਜੋ ਉਹਨਾਂ ਦੇ ਲੋਕਾਚਾਰ ਦਾ ਹਿੱਸਾ ਨਹੀਂ ਹੈ। ਇਸ ਲਈ ਇਸ ਤੇ ਪਾਕਿਸਤਾਨ ਦੀ ਸਮਝ ਦੀ ਕਮੀ ਹੈਰਾਨੀਜਨਕ ਨਹੀਂ ਹੈ। ਨਫ਼ਰਤ ਫੈਲਾਉਣ ਤੇ ਸਪਸ਼ਟ ਇਰਾਦੇ ਨਾਲ ਸਾਡੇ ਅੰਤਰਿੰਗ ਮਾਮਲਿਆਂ ਤੇ ਟਿੱਪਣੀ ਕਰਨ ਦੇ ਲਈ ਉਹਨਾਂ ਪੋਥੋਲੋਜੀਕਲ ਮਜਬੂਰੀ ਨਿੰਦਣਯੋਗ ਹੈ। ਉਥੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿੱਚ ਕਾਂਗਰਸ ਤੋਂ ਕੱਢੇ ਜਾਣ ਤੋਂ ਬਾਅਦ ਅਯੋਗ ਐਲਾਨ ਕੀਤੇ ਗਏ ਵਿਧਾਇਕ ਰੋਸ਼ਨ ਬੇਗ ਨੇ ਆਖਿਆ ਕਿ ਅਯੋਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਵਿੱਚ ਸਵੈ ਇੱਛਾ ਨਾਲ ਸਹਿਯੋਗ ਕਰਨਗੇ। ਰੋਸ਼ਨ ਬੇਗ ਨੇ ਆਖਿਆ ਕਿ ਤੁਸੀਂ ਰਾਮ ਮੰਦਿਰ ਬਣਾਓ, ਅਸੀਂ ਵੀ ਸਾਥ ਦੇਵਾਂਗੇ, ਕਿਰਪਾ ਕਰਕੇ ਸਾਨੂੰ ਵੀ ਨਾਲ ਰੱਖੋ, ਸਾਨੂੰ ਮਿਲਣ ਵਾਲੀ ਜ਼ਮੀਨ ਤੇ ਮਸਜਿਦ ਨਿਰਮਾਣ ਵਿੱਚ ਅਸੀਂ ਤੁਹਾਡਾ ਸਾਥ ਚਾਹਾਂਗੇ। ਅਟਵਾਲ ਵਿਧਾਇਕ ਰਹੇ ਰੋਸ਼ਨ ਬੇਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਇਕੱਠੀ ਮਿਲ ਕੇ ਮੰਦਰ ਅਤੇ ਮਸਜਿਦ ਬਣਾਵਾਂਗੇ। ਉੱਤੇ ਹੀ ਬੇਗ ਨੇ ਅਯੋਧਿਆ ਮਾਮਲੇ ਵਿੱਚ ਮੁਸਲਿਮ ਪਟੀਸ਼ਨਕਰਤਾਵਾਂ ਤੋਂ ਫੈਸਲੇ ਨੂੰ ਚੁਣੌਤੀ ਨਹੀਂ ਦੇਣ ਦੀ ਅਪੀਲ ਕੀਤੀ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਆਖਿਆ ਕਿ ਜੇਕਰ ਮਹਾਰਾਸ਼ਟਰ ਵਿੱਚ ਕੋਈ ਸਰਕਾਰ ਬਣਾਉਣ ਲਈ ਤਿਆਰ ਨਹੀਂ ਹੈ ਤਾਂ ਸ਼ਿਵ ਸੈਨਾ ਇਹ ਜ਼ਿੰਮੇਵਾਰੀ ਚੁੱਕ ਸਕਦੀ ਹੈ। ਰਾਊਤ ਨੇ ਇਹ ਵੀ ਆਖਿਆ ਕਿ ਕਾਂਗਰਸ ਸੂਬੇ ਦੀ ਦੁਸ਼ਮਣ ਨਹੀਂ ਹੈ ਅਤੇ ਸਾਰੀਆਂ ਪਾਰਟੀਆਂ ਦੇ ਕਿਸੇ ਨਾ ਕਿਸੇ ਮੁੱਦੇ ਤੇ ਵਿਚਾਰ ਵੱਖਰੇ ਹੁੰਦੇ ਨੇ। ਉੱਤਰਾਖੰਡ ਦੇ ਗੜਵਾਲ ਤੋਂ ਭਾਜਪਾ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਦੀ ਕਾਰ ਅੱਜ ਸਵੇਰੇ ਭੀਮ ਗੋੜਾ ਪੰਥ ਦੀਪ ਨੇੜੇ ਹਾਦਸਾਗ੍ਰਸਤ ਹੋ ਗਈ ਹੈ। ਇਸ ਹਾਦਸੇ ਵਿੱਚ ਤੀਰਥ ਸਿੰਘ ਜ਼ਖਮੀ ਹੋ ਗਏ ਨੇ ਅਤੇ ਉਨ੍ਹਾਂ ਨੂੰ ਹਰਿਦੁਆਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਰਾਸ਼ਟਰੀ ਰਾਜਧਾਨੀ ਦਿੱਲੀ NCR ਵਿੱਚ ਹਲਕਾ ਸੁਧਾਰ ਹੋਇਆ ਹੈ, ਪਰ ਹਵਾ ਗੁਣਵੱਤਾ ਹੁਣ ਵੀ ਖਰਾਬ ਪੱਧਰ 'ਤੇ ਹੈ। ਅੱਜ ਦਿੱਲੀ ਦੇ ਪ੍ਰਦੂਸ਼ਣ ਦੇ ਪੱਧਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਦੇ ਲੋਧੀ ਰੋਡ ਇਲਾਕੇ ਵਿੱਚ PM2.3 ਦਾ ਪੱਧਰ 203 ਅਤੇ PM10 ਦਾ ਪੱਧਰ 218 'ਤੇ ਪਹੁੰਚ ਗਿਆ, ਜੋ ਖਰਾਬ ਸ਼੍ਰੇਣੀ ਵਿੱਚ ਹੈ। ਇਹ ਅੰਕੜੇ ਦੋਵਾਂ ਹੀ ਪੱਧਰਾਂ 'ਤੇ ਖਰਾਬ ਸ਼੍ਰੇਣੀ ਵਿੱਚ ਮੰਨੇ ਜਾਂਦੇ ਨੇ, ਪਰ ਇਹ ਪੱਧਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਚੰਗਾ ਵੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੇਜ਼ ਗਤੀ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਆਖਣਾ ਹੈ ਕਿ ਸੋਮਵਾਰ ਨੂੰ ਹਵਾ ਦੀ ਰਫ਼ਤਾਰ ਵਿੱਚ ਕਮੀ ਆਵੇਗੀ। ਹਵਾ 10 ਤੋਂ 12 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲੇਗੀ। ਇਸਦਾ ਕਾਰਨ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਖਰਾਬ ਸ਼੍ਰੇਣੀ ਵਿੱਚ ਪਹੁੰਚ ਸਕਦਾ ਹੈ। ਦਿੱਲੀ ਵਿੱਚ ਆਉਣ ਵਾਲੇ 3 ਦਿਨਾਂ ਤੱਕ ਖਤਰਨਾਕ ਪੱਧਰ ਤੱਕ ਪ੍ਰਦੂਸ਼ਣ ਦੇ ਪਹੁੰਚਣ ਦੀ ਸੰਭਾਵਨਾ ਨਹੀਂ ਹੈ। ਪ੍ਰਦੂਸ਼ਣ ਦਾ ਪੱਧਰ ਖਰਾਬ ਸ਼੍ਰੇਣੀ ਤੋਂ ਬਹੁਤ ਖਰਾਬ ਸ਼੍ਰੇਣੀ ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਦੂਸਰੇ ਪਾਸੇ ਪੰਜਾਬ ਹਰਿਆਣਾ ਵਿੱਚ ਇਨ੍ਹਾਂ ਦਿਨੀ ਦੌਰਾਨ ਪਰਾਲੀ ਦਾ ਧੂੰਆਂ ਘੱਟ ਹੈ ਅਤੇ ਹਵਾਵਾਂ ਦੀ ਰਫ਼ਤਾਰ ਤੇਜ਼ ਹੈ। ਇਸ ਤੋਂ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਉਧਰ ਭਾਰਤੀ ਮੌਸਮ ਵਿਭਾਗ ਅਨੁਸਾਰ ਚੱਕਰਵਾਤ ਬੁਲਬੁਲ ਦੇ ਪੱਛਮੀ ਬੰਗਾਲ ਤੱਟ ਨਾਲ ਟਕਰਾ ਗਿਆ ਹੈ। ਇਸ ਤੂਫਾਨ ਦੇ ਕਾਰਨ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ। ਉੱਥੇ ਕੋਲਕਾਤਾ ਹਵਾਈ ਅੱਡਾ ਅਗਲੇ 12 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ। ਇਸ ਚੱਕਰਵਾਤੀ ਤੂਫਾਨ ਨੂੰ ਬਹੁਤ ਖਤਰਨਾਕ ਮੰਨਿਆ ਜਾ ਰਿਹਾ।
ਹੁਣ ਵਧਦੇ ਆ ਪੰਜਾਬ ਦੀਆਂ ਖਬਰਾਂ ਵੱਲ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿੱਚ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਲਾਂਘੇ ਲਈ ਅੱਜ ਸ਼ਰਧਾਲੂਆਂ ਦਾ ਦੂਸਰਾ ਜਥਾ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਇਆ। ਸੂਤਰਾਂ ਮੁਤਾਬਕ ਦੂਸਰੇ ਦਿਨ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ 5,000 ਸ਼ਰਧਾਲੂ ਦਰਸ਼ਨਾਂ ਲਈ ਨਹੀਂ ਜਾਣਗੇ ਕਿਉਂਕਿ ਫਿਲਹਾਲ 500 ਸ਼ਰਧਾਲੂਆਂ ਦੇ ਜਾਣ ਦਾ ਹੀ ਇੰਤਜ਼ਾਮ ਕੀਤਾ ਗਿਆ। ਦੱਸ ਦਈਏ ਕਿ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਜ਼ਰੂਰੀ ਹੈ ਅਤੇ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਾਉਣੀ ਪਵੇਗੀ। ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਸਿੱਖ ਕੌਮ ਦੀ 72 ਸਾਲਾਂ ਦੀ ਅਰਦਾਸ ਬੀਤੇ ਦਿਨ ਉਦੋਂ ਪੂਰੀ ਹੋਈ ਹੈ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿੱਤਾ ਗਿਆ। ਹਾਲਾਂਕਿ ਪਹਿਲੇ ਦਿਨ ਮੁੱਖ ਸਿਆਸਤਦਾਨਾਂ ਅਤੇ ਹੋਰ ਲੋਕਾਂ ਨੂੰ ਵੀ ਪਹਿਲੇ ਜਥੇ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ, ਪਰ ਅੱਜ ਤੋਂ ਆਮ ਲੋਕਾਂ ਲਈ ਬਾਬੇ ਨਾਨਕ ਦੇ ਘਰ ਦਾ ਰਾਹ ਖੋਲ੍ਹ ਦਿੱਤਾ ਗਿਆ ਅਤੇ ਸੰਗਤਾਂ ਹੁਣ ਪੂਰਾ ਸਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ, ਪਰ ਸ਼ਰਧਾਲੂਆਂ ਨੂੰ ਉਸੇ ਸ਼ਾਮ ਵਾਪਸ ਪਰਤਣਾ ਪਵੇਗਾ। ਲਾਂਘੇ ਦੀ ਸ਼ੁਰੂਆਤ 'ਤੇ ਬਣੇ ਚੈੱਕ ਪੁਆਇੰਟ 'ਤੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਉਹਨਾਂ ਨੂੰ ਈ ਰਿਕਸ਼ਾ ਰਾਹੀਂ BSF ਦੇ ਜਵਾਨਾਂ ਵੱਲੋਂ ਸੁਰੱਖਿਆ ਵਿਚਕਾਰ ਟਰਮੀਨਲ ਤੱਕ ਲਿਜਾਇਆ ਜਾਵੇਗਾ। ਟਰਮੀਨਲ 'ਤੇ ਫਿਰ ਤੋਂ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ। ਇੱਥੋਂ ਸਖ਼ਤ ਸੁਰੱਖਿਆ ਵਿਚਕਾਰ ਜਥਾ ਪੈਦਲ ਅਤੇ ਈ ਰਿਕਸ਼ਾ ਰਾਹੀਂ 0 ਲਾਈਨ ਤੱਕ ਲਿਜਾਇਆ ਜਾਵੇਗਾ। 0 ਲਾਈਨ 'ਤੇ ਇੱਕ ਵਾਰ ਫਿਰ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਇਸ ਤੋਂ ਬਾਅਦ ਸ਼ਰਧਾਲੂ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋਣਗੇ। ਦੱਸ ਦਈਏ ਕਿ ਸ਼ਰਧਾਲੂ ਸਵੇਰੇ 4 ਵਜੇ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਣਗੇ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਆਉਣਗੇ। ਸ਼ਰਧਾਲੂ ਆਪਣੇ ਨਾਲ 11,000 ਰੁਪਏ ਨਕਦੀ ਅਤੇ 7 ਕਿਲੋ ਦਾ ਬੈਗ ਹੀ ਲੈ ਕੇ ਜਾ ਸਕਦੇ ਨੇ। ਸ਼ਰਧਾਲੂ ਆਪਣੇ ਨਾਲ ਮੋਬਾਈਲ ਫੋਨ ਜਾਂ ਫਿਰ ਕੈਮਰਾ ਨਹੀਂ ਲਿਜਾ ਸਕਣਗੇ। ਉਹਨਾਂ ਨੂੰ ਉੱਥੇ ਫੋਟੋ ਖਿੱਚਣ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ਰਧਾਲੂਆਂ ਲਈ ਗੁਰਦੁਆਰਾ ਸਾਹਿਬ ਵਿੱਚ ਲੰਗਰ ਅਤੇ ਪ੍ਰਸ਼ਾਦ ਦੀ ਵਿਵਸਥਾ ਰਹੇਗੀ। ਉੱਥੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਇਲਾਵਾ ਸ਼ਰਧਾਲੂ ਹੋਰ ਕਿਸੇ ਥਾਂ 'ਤੇ ਨਹੀਂ ਪਹੁੰਚ ਸਕਣਗੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਜਾਣ ਦਾ ਸਵਾਗਤ ਕਰਦਿਆਂ ਆਖਿਆ ਕਿ ਇਸ ਨਾਲ ਅੰਤਰ ਧਾਰਮਿਕ ਸਦਭਾਵਨਾ ਅਤੇ ਆਪਸੀ ਸਮਝ ਦਾ ਰਾਹ ਪੱਧਰਾ ਹੋ ਗਿਆ। ਇਸ ਸੰਬੰਧੀ ਗੁਟੇਰਸ ਨੇ ਟਵੀਟ ਕਰਕੇ ਆਖਿਆ ਕਿ ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਦੋਹਾਂ ਦਾ ਸਵਾਗਤ ਕਰਦੇ ਹਾਂ। ਦੋ ਪ੍ਰਮੁੱਖ ਸਿੱਖ ਤੀਰਥ ਸਥਾਨਾਂ ਨੂੰ ਜੋੜਨ, ਅੰਤਰ ਧਾਰਮਿਕ ਸਦਭਾਵਨਾ ਦਾ ਰਾਹ ਪੱਧਰਾ ਕਰਨ ਅਤੇ ਤੀਰਥ ਯਾਤਰੀਆਂ ਨੂੰ ਵੀਜ਼ਾ ਮੁਕਤ ਸਰਹੱਦ ਪਾਰ ਯਾਤਰਾ ਦੀ ਸਹੂਲਤ ਪ੍ਰਦਾਨ ਕਰਨ ਲਈ ਦੋਹਾਂ ਦੇਸ਼ਾਂ ਦਾ ਸਵਾਗਤ ਕਰਦੇ ਹਾਂ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ 3 ਦਿਨਾਂ ਵਿੱਚ ਪੰਜਾਬ ਦਾ ਬਠਿੰਡਾ ਇੱਕ ਅਜਿਹਾ ਜ਼ਿਲ੍ਹਾ ਹੈ ਜਿਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਭ ਤੋਂ ਜ਼ਿਆਦਾ ਐਕਟੀਵਿਟੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਖਾਏ ਰਸਤੇ 'ਤੇ ਚੱਲਣ ਤਾਂ ਪੰਜਾਬ ਦੀ ਤਰੱਕੀ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਜਸ਼ਨ ਚੱਲ ਰਹੇ ਹੈ, ਤਮਾਮ ਪੰਜਾਬ ਚੱਲ ਰਹੇ ਹੈ ਔਰ ਉਹਦੇ ਨਾਲ ਬਠਿੰਡੇ 'ਚ ਵੀ ਚੱਲ ਰਹੇ ਹੈ ਔਰ ਅਗਲੇ 2-3 ਦਿਨ ਜਿਹੜੇ ਆ ਬਠਿੰਡੇ ਦੇ ਵਿੱਚ, ਜਿਹਦੇ ਵਿੱਚ ਕਿ ਸਾਈਕਲ ਰੈਲੀ ਦਾ ਵੀ ਇਹਤਮਾਮ ਹੋਇਆ, ਇੱਕ ਸੂਫੀ ਮਿਊਜ਼ਿਕ ਦਾ, ਸੂਫੀ ਗਾਣੇ ਜਿਹੜੇ ਖਾਸ ਕਰਕੇ ਪੰਜਾਬ ਦੇ ਨਾਲ ਜਿਹਨਾਂ ਦਾ ਤਲਕ ਹੈ ਉਹ ਵੀ ਹੋਣਗੇ, ਨਾਟਕ ਹੋਣਗੇ ਵਗੈਰਾ ਵਗੈਰਾ। ਤਾਂ ਮੈਨੂੰ ਲੱਗਦਾ ਕਿ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਤੋਂ ਬਾਅਦ ਜੇ ਕਿਤੇ ਜਸ਼ਨ ਜਿਹੜੇ ਹੋ ਰਹੇ ਹੈ ਔਰ ਵੱਡੇ ਸਕੇਲ 'ਤੇ ਸਰਕਾਰੀ ਤੌਰ 'ਤੇ ਮਨਾਏ ਜਾ ਰਹੇ ਤਾਂ ਉਹ ਬਠਿੰਡਾ ਸ਼ਹਿਰ ਦੇ ਵਿੱਚ ਮਨਾਏ ਜਾ ਰਹੇ ਹੈ। ਔਰ ਅੱਜ ਸਾਈਕਲ ਰੈਲੀ ਦਾ ਜਿਹੜਾ ਮਕਸਦ ਇਹ ਵੀ ਸੀ ਕਿ ਗੁਰੂ ਸਾਹਿਬ ਨੇ ਜੋ ਆਬੋ ਹਵਾ ਹੈ, ਵਾਤਾਵਰਨ ਹੈ, ਉਹਦੇ 'ਤੇ ਬੜਾ ਇੰਫੋਸਿਸ ਦਿੱਤਾ ਹੈ, ਆਪਣੇ ਹੱਥ ਨਾਲ ਕੰਮ ਕਰਨ 'ਤੇ ਬੜਾ ਉਹਨਾਂ ਨੇ ਤਵੱਜੋ ਦਿੱਤੀ ਹੈ। ਸੋ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਨਾ ਕੋਈ ਪ੍ਰੋਗਰਾਮ ਜਿਹੜੇ ਹੈ ਉਹ ਬਠਿੰਡੇ ਸ਼ਹਿਰ ਚੱਲਣਗੇ। ਕ੍ਰਿਕਟ ਦਾ ਇੱਕ ਬੜਾ ਜਨੂੰਨ ਹੈ ਬਠਿੰਡੇ 'ਚ ਅਤੇ ਉਹ ਕ੍ਰਿਕਟ ਦਾ ਟੂਰਨਾਮੈਂਟ ਵੀ ਜਿਹੜਾ ਉਹ ਵੀ ਅੱਜ ਕੰਕਲੂਡ ਹੋ ਰਿਹਾ, ਬਹੁਤ ਸਾਰੀਆਂ ਟੀਮਾਂ ਉਹਦੇ 'ਚ ਸ਼ਿਰਕਤ ਕਰ ਰਹੀਆਂ। ਜਿੱਥੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਇਸ ਵਾਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਿੱਖ ਸੰਗਤਾਂ ਨੂੰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ। ਉੱਥੇ ਹੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿਲਟ ਰੋਡ ਸਿੱਖ
ਸੈਂਟਰ ਸਿੰਘਾਪੁਰ ਤੋਂ ਵੀ ਸ਼ਾਹਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵੱਖ ਵੱਖ ਪੜਾਵਾਂ ਵੇਲੇ ਰਵਾਨਾ ਹੋਇਆ। ਇਸ ਮੌਕੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਤਨਾਮ ਸਿੰਘ ਤੋਂ ਇਲਾਵਾ ਮੁੱਖ ਸੇਵਾਦਾਰ ਸੁਖਜੀਤ ਸਿੰਘ ਮੰਡ ਨੇ ਦੱਸਿਆ ਕਿ ਇਸ ਨਗਰ ਕੀਰਤਨ ਸਜਾਉਣ ਦਾ ਮਤਲਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦੁਕਾਈਆਂ ਨੂੰ ਘਰ ਘਰ ਤੱਕ ਪਹੁੰਚਾਉਣਾ ਹੈ। ਉਹਨਾਂ ਸਿੰਘਾਪੁਰ ਦੀਆਂ ਸਮੂਹ ਸੰਗਤਾਂ ਦਾ ਇਸ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਅਤੇ ਵੱਖ ਵੱਖ ਥਾਵਾਂ 'ਤੇ ਲੰਗਰ ਦੀ ਸੇਵਾ ਨਿਭਾਉਣ ਵਾਲੀ ਸੰਗਤਾਂ ਦਾ ਧੰਨਵਾਦ ਕੀਤਾ। ਪੰਜਾਬ ਅੰਦਰ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਿੱਥੇ ਸਰਕਾਰਾਂ ਵੱਲੋਂ ਵੀ ਵੱਡੇ ਪੱਧਰ 'ਤੇ ਉਪਰਾਲੇ ਕਰਕੇ ਕਿਸਾਨਾਂ ਨੂੰ 50% ਸਬਸਿਡੀ 'ਤੇ ਖੇਤੀ ਸੰਦ ਮੁਹੱਈਆ ਕਰਕੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਨਸ਼ਟ ਕਰਕੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਮੋਗਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਰਣਸੀਏ ਖੁਰਦ, ਇਸ ਪਿੰਡ ਦੇ ਇੱਕ ਵੀ ਕਿਸਾਨ ਨੇ ਝੋਨੇ ਨੂੰ ਅੱਗ ਨਹੀਂ ਲਗਾਈ ਅਤੇ ਸਰਕਾਰ ਵੱਲੋਂ ਦਿੱਤੇ ਸੰਦਾਂ ਨਾਲ ਕਣਕ ਦੀ ਬਿਜਾਈ ਕੀਤੀ। ਇਸ ਮੌਕੇ ਕਿਸਾਨ ਹਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਇਸੇ ਤਰ੍ਹਾਂ ਕਰਚੀਆਂ ਵਿੱਚ ਹੈਪੀ ਸੀਡਰ ਦੇ ਨਾਲ ਸਿੱਧੀ ਬਿਜਾਈ ਕਰਕੇ ਪ੍ਰਦੂਸ਼ਣ ਤੋਂ ਵਾਤਾਵਰਣ ਨੂੰ ਬਚਾਉਂਦੇ ਹਾਂ ਅਤੇ ਦੂਸਰਾ ਝੋਨੇ 'ਤੇ ਪਾਇਆ ਯੂਰੀਆ ਵੀ ਕਣਕ ਦੀ ਫਸਲ ਨੂੰ ਫਾਇਦਾ ਦਿੰਦਾ ਹੈ, ਜਿਸ ਨਾਲ ਕਣਕ ਦਾ ਝਾੜ ਵੀ ਵੱਧ ਨਿਕਲਦਾ ਹੈ ਅਤੇ ਪਰਾਲੀ ਮਿੱਟੀ ਵਿੱਚ ਮਿਲ ਕੇ ਖਾਦ ਬਣ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਆਖਿਆ ਹੈ ਕਿ ਸੋਹਣੇ ਪੰਜਾਬ ਦੇ ਉਜਵਲ ਭਵਿੱਖ ਲਈ ਅਤੇ ਆਪਣੀਆਂ ਕੀੜਾ ਛੱਡ ਕੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਸਾਡਾ ਪਿੰਡ 90% ਹੈਪੀ ਸੀਡਰ ਨਾਲ ਬਿਜਾਈ ਕਰ ਰਿਹਾ ਜੀ, ਅਤੇ 3 ਸਾਲ ਹੋ ਗਏ ਸਾਡੇ ਪਿੰਡ ਦੇ ਵੀ ਬਹੁਤ ਅੱਗ ਕੰਟਰੋਲ 'ਚ ਆ। ਪਿਛਲਾ ਸਾਲ ਅਤੇ ਐਤਕੀ ਸਾਲ ਸਾਡੇ ਅੱਗ ਬਹੁਤ ਘੱਟ ਲੱਗੀ ਜੀ। ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕਰਦੇ ਹਾਂ ਪਰਾਲੀ ਦੇ ਵਿੱਚ ਜੀ। ਕਿੰਨਾ ਖਰਚਾ ਕਿੰਨਾ ਕੁ ਆਉਂਦਾ ਇਹਦੇ 'ਤੇ? ਖਰਚਾ 500-600 ਰੁਪਇਆ ਕੋਸਟ ਲੱਗ ਜਾਂਦਾ ਜੀ। ਜਿਹੜੇ ਸੰਦ ਆਏ ਤੁਹਾਨੂੰ ਕਿੱਥੋਂ ਮੁਹੱਈਆ ਹੋਏ? ਇਹ ਸੰਦ ਅਸੀਂ ਆਪਦੇ ਲਏ ਆ ਜੀ, ਇਹ ਸਾਨੂੰ ਸਬਸਿਡੀ ਮਿਲੀ ਹੈ ਅਤੇ 50% ਜੀ। ਅੱਛਾ, 50,000 ਰੁਪਇਆ ਸਬਸਿਡੀ ਮਿਲੀ ਆ, ਪਰ ਸੰਦ ਇੰਨੇ ਦੇ ਹੈ ਨਹੀਂ ਜਿੰਨੇ ਦੇ ਸਾਨੂੰ ਲਾਏ ਗਏ ਆ। ਅਤੇ ਕਿਸ ਤਰ੍ਹਾਂ ਵੀ ਜਿਹੜੀ ਸਬਸਿਡੀ ਆ ਤੁਹਾਨੂੰ ਇਹਦਾ ਕੋਈ ਲਾਭ ਨਹੀਂ ਮਿਲਿਆ? ਲਾਭ ਤਾਂ ਜਾਂ ਤਾਂ ਦੁਕਾਨਦਾਰਾਂ ਨੂੰ ਮਿਲ ਗਿਆ ਜੀ, ਜਾਂ ਸਰਕਾਰਾਂ ਨੂੰ ਮਿਲ ਗਿਆ। ਇਹ ਸੰਦ ਤਕਰੀਬਨ 50,000 ਦੀ ਕੋਸਟ ਤੇ ਕਰਾ ਜੀ, ਇਹ ਸਾਨੂੰ 1.5 ਲੱਖ ਰੁਪਈਏ ਦੇ ਵਿੱਚ ਮਿਲ ਰਿਹਾ। ਜੇ ਬਾਜ਼ਾਰ ਦੇ ਵਿੱਚ ਆਪਾਂ ਕਬਾੜ ਦੇ ਭਾਅ ਨੂੰ ਵੇਚਣਾ ਹੋਵੇ 25-30 ਹਜ਼ਾਰ ਦਾ ਵਿਕੂਗਾ ਜੀ, ਅਤੇ ਫਿਰ ਆਪਾਂ ਨੂੰ 1.5 ਲੱਖ ਦਾ ਉਹ ਕਿਉਂ ਦੇ ਰਹੇ ਆ ਜੀ? ਸੋ ਜਨਾਲ ਸੰਬੰਧ ਆ ਗਿਆ। ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਤੁਸੀਂ ਵੀ ਚੜ੍ਹਦੀ ਕਲਾ ਟਾਈਮ ਟੀਵੀ। ਧੰਨਵਾਦ।